ਸਤਿਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਪੰਜਾਬ ਨੇਸ਼ਨ ਨਿਊਜ਼ ਤੇ ਮੈਂ ਹਾਂ ਜਸਵੀਰ ਸਿੰਘ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਧਾਨ ਸਭਾ ਹਲਕਾ ਮੁਕੇਰੀਆ ਦੇ ਨਾਲ ਲੱਗਦਾ ਪਿੰਡ ਸਹਿਰ ਕਵਾਲ, ਜਿੱਥੇ ਕਿ ਵਾਟਰ ਸਪਲਾਈ ਦਾ ਉਦਘਾਟਨ ਕਰਨ ਵਾਸਤੇ ਪੰਜਾਬ ਦੇ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜੀ ਪਹੁੰਚ ਰਹੇ ਨੇ, ਬਾਕੀ ਉਹਨਾਂ ਨਾਲ ਗੱਲਬਾਤ ਕਰਾਂਗੇ। ਸਾਡੇ ਐਮ ਐਲ ਏ ਸਹਿਬਾਨ ਪਾਰਟੀ ਦੇ ਅਸੀਂ ਸਿੰਗਲ ਫੋਨ ਨਹੀਂ ਕਦੀ ਕੀਤਾ ਕਿਸੇ ਲਈ ਵੀ। ਮੈਂ ਅੱਜ ਵੀ ਸਵੇਰੇ ਮੇਰੇ ਕੋਲ ਬੈਠੀ ਸੀ ਪੁਲਿਸ ਅਫਸਰ, ਮੈਂ ਸਾਰਿਆਂ ਨੂੰ ਗੱਲ ਕਹੀ, ਮੈਂ ਕਿਹਾ ਉਹਨਾਂ ਨੇ ਖੁਦ ਮੰਨਿਆ ਇਸ ਗੱਲ, ਅਸੀਂ ਗਲਤ ਪਾਸ ਨੇੜੇ ਵੀ ਨਹੀਂ ਆ ਰਿਹਾ ਸਾਡੇ। ਇਹ ਪੁਲਿਸ ਲਈ ਤਾਂ ਬਹੁਤ ਅੱਛਾ ਮੌਕਾ ਕੰਮ ਕਰਨ ਦਾ, ਜਿਹੜਾ ਤੁਹਾਡੇ ਕੋਲ ਇੱਦਾਂ ਦਾ ਕੋਈ ਅਨਸਰ ਆਉਂਦਾ ਉਹਨੂੰ ਬਖਸ਼ੋ, ਆਪਾਂ ਰਲ ਕੇ ਕਦੀ ਆਪਾਂ ਇਹਨੂੰ ਕੰਟਰੋਲ ਕਰਾਂਗੇ ਸਾਰੇ ਜਣੇ। ਬਹੁਤ ਅੱਛੇ ਤੁਹਾਡੇ ਕੋਲ ਅੱਛੇ ਅਫਸਰ ਆ, ਯੰਗ ਆਫਿਸਰ ਆ, ਵੱਡੀ ਗੱਲ ਇਹ ਆ। ਅੱਜ ਤਕਰੀਬਨ ਤਿੰਨਾਂ ਪਿੰਡਾਂ ਦੇ ਉਦਘਾਟਨ ਹੈ ਔਰ 1,28,29,00,000 ਰੁਪਏ ਦੀ ਲਾਗਤ ਦੇ ਨਾਲ ਅਸੀਂ ਇਹ ਕੀਤੇ ਆ। ਇਸ ਪਿੰਡ ਦੇ ਵਿੱਚ ਤਕਰੀਬਨ 40,00,000 ਰੁਪਏ ਦੇ ਉਹਨਾਂ ਵਾਟਰ ਟਿਊਬਵੈਲਸ ਦਾ ਔਰ ਟੈਂਕੀ ਦਾ ਉਦਘਾਟਨ ਕੀਤਾ ਗਿਆ ਔਰ ਇਲਾਕੇ ਨਿਵਾਸੀਆਂ ਨੂੰ, ਪਿੰਡ ਨਿਵਾਸੀਆਂ ਨੂੰ ਬਹੁਤ ਫਾਇਦਾ। ਅਸੀਂ ਇਸ ਵੇਲੇ ਮੌਕੇ 'ਤੇ ਖੜ੍ਹੇ, ਆਮ ਆਦਮੀ ਦਾ ਕਲੀਨਿਕ ਹੈ ਪਾਰਟੀ ਦਾ, ਇਹਦਾ ਵੀ 1 ਸਾਲ ਜਦੋਂ ਵੀ 6 ਮਹੀਨੇ 8 ਮਹੀਨੇ ਪਹਿਲਾਂ ਉਦਘਾਟਨ ਕੀਤਾ ਸੀ ਆ ਕੇ, ਔਰ ਅੱਜ ਮੇਰੇ ਨਾਲ ਇਲਾਕੇ ਦੇ ਜਿਨ੍ਹਾਂ ਨੇ ਇਲੈਕਸ਼ਨ ਫਾਈਟ ਕੀਤਾ ਪ੍ਰੋਫੈਸਰ ਮੁਲਤਾਨੀ ਜੀ, ਹੁਣ ਵੀ ਲੋਕਾਂ ਦੀ ਸੇਵਾ ਲਈ ਦਿਨ ਰਾਤ ਕੰਮ ਕਰ ਰਹੇ ਆ। ਔਰ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਕ ਟੀਚਾ ਆ ਪੰਜਾਬ ਦੇ ਲੋਕਾਂ ਨੂੰ ਪਾਣੀ, ਔਰ ਉਹ ਵੀ ਅੱਛੀ ਕੁਆਲਿਟੀ ਦਾ ਪਲਾਣਾ, ਔਰ ਹਰੇਕ ਘਰ ਦੇ ਵਿੱਚ ਪਾਣੀ। ਔਰ ਅੱਜ ਪੰਜਾਬ ਜਿਹੜਾ ਹੈ ਹਿੰਦੁਸਤਾਨ ਦੇ ਵਿੱਚ ਪਹਿਲੇ 5 ਸਟੇਟਾਂ ਦੇ ਵਿੱਚੋਂ ਹੈ ਜਿਹਨੇ 100% ਆਪਣੇ ਵਾਟਰ ਸਪਲਾਈ ਦਾ ਟੀਚਾ ਪੂਰਾ ਕਰ। ਦੇਖੋ ਸਰਕਾਰ ਦੀ ਪਾਲਿਸੀ ਦਾ ਬੜੀ ਕਲੀਅਰ ਹੈ, ਇੱਦਾਂ ਦੇ ਕਿਸੇ ਅਨਸਰ ਨੂੰ ਬਖਸ਼ਿਆ ਨਹੀਂ ਜਾਂਦਾ। ਕੰਪਲੇਂਟ ਪਜਾਣਾ ਇਲਾਕਾ ਨਿਵਾਸੀਆਂ ਦੀ ਗੱਲ ਹੈ ਔਰ ਪੁਲਿਸ ਅਫਸਰ ਇੱਥੇ ਹੁਣ ਮੌਜੂਦ ਹੈ, ਉਹਨਾਂ ਨੂੰ ਹੁਣ ਵੀ ਮੈਂ ਤੁਹਾਡੇ ਸਾਹਮਣੇ ਕੈਮਰੇ ਦੇ ਉੱਤੇ ਇਹ ਗੱਲ ਕਹੀ ਆ ਵੀ ਤੁਹਾਡੇ ਕੋਲ ਕੋਈ ਕੰਪਲੇਂਟ ਆਉਂਦੀ ਆ ਉਹਨੂੰ ਬਖਸ਼ਿਆ ਨਹੀਂ ਜਾਏਗਾ। ਔਰ ਸਾਡੀ ਪਾਰਟੀ ਦਾ ਕੋਈ ਬੰਦਾ, ਇੱਕ ਸਿੰਗਲ ਆਦਮੀ ਵੀ ਇੱਦਾਂ ਦੇ ਕੰਮ ਦੇ ਵਿੱਚ ਕੋਈ ਫੋਨ ਨਹੀਂ ਕਰਦਾ, ਸਹਿਯੋਗ ਕਰਨ ਦੀ ਕੋਸ਼ਿਸ਼ ਕਰ ਰਿਹਾ। ਸਾਡੇ ਕੋਲ ਇਨਫੋਰਮੇਸ਼ਨ ਪਹੁੰਚਦੀ ਆ, ਅਸੀਂ ਉਹ ਜਿਹੇ ਅਨਸਰ ਨੂੰ ਬਖਸ਼ੀ ਜਾ ਰਹੇ। ਸਰ ਤੁਹਾਡੀ ਸਰਕਾਰ ਵਿੱਚ ਕਾਫੀ ਮੰਤਰੀ ਬੀਜੇ ਸੀ ਰਡਾਰ ਤੇ ਨੇ, ਜੇ ਤੁਸੀਂ ਸਰਕਾਰ ਦੀ ਗੱਲ ਕਰੀਏ। ਦੇਖੋ ਉਹ ਮੰਤਰੀ ਜਿਹੜੇ ਪਿਛਲੇ ਮੰਤਰੀ ਜਾਂ ਐਮ ਐਲ ਏ, ਉਹ ਰਡਾਰ ਤੇ ਕੋਈ ਸਰਕਾਰ ਨੇ ਨਹੀਂ ਲਏ, ਉਹਨਾਂ ਦੇ ਕੀਤੇ ਕੰਮ ਜਿਹੜੇ ਆ ਉਹ ਇਹ ਦੱਸਦੇ ਆ ਵੀ ਉਹਨਾਂ ਨੇ ਅਗਰ ਕਿਸੇ ਨੇ ਪੰਜਾਬ ਸਰਕਾਰ ਦਾ ਲੋਕਾਂ ਦਾ ਪੈਸਾ ਖਾਧਾ ਉਹਨਾਂ ਕੋਲ ਸਰਕਾਰ ਉਹਦਾ ਹਿਸਾਬ ਮੰਗਣ ਜਾ ਰਹੀ ਹੈ। ਸਰ ਜੇ ਗੱਲ ਕਰੀ ਕੰਡੀ ਦੀ ਏਰੀਆ, ਤਲਵਾੜਾ ਏਰੀਆ ਹੋ ਗਿਆ, ਪਾਣੀ ਦੇਸ਼ ਆਜ਼ਾਦ ਹੋਏ ਨੂੰ ਕਾਫੀ ਸਾਲ ਹੋ ਗਿਆ ਪਰ ਪਾਣੀ ਦੀ ਅੱਜ ਵੀ ਉੱਥੇ ਬਹੁਤ ਮੁਸ਼ਕਲ ਆ ਰਹੀ ਹੈ, ਪਾਣੀ ਨੂੰ ਲੋਕ ਤਰਸ ਰਹੇ, 3-3-4 ਦਿਨ ਪਾਣੀ ਨਹੀਂ ਆਉਂਦਾ ਜੀ। ਦੇਖੋ ਕੰਡੀ ਬੈਲਟ ਲਈ ਪਾਣੀ ਦੀ ਅਸੀਂ ਦੇਖੋ 1 ਸਾਲ ਦੇ ਵਿੱਚ ਸਰਕਾਰ ਨੂੰ ਜਿੱਥੇ ਫੰਡਿੰਗ ਦੀ ਲੋੜ ਹੁੰਦੀ ਹੈ, ਪੈਸੇ ਦੀ ਲੋੜ ਆਉਂਦੀ ਹੈ, ਲੇਕਿਨ ਆਉਣ ਵਾਲਾ ਟਾਈਮ ਜਿਹੜਾ ਹੈ ਪੰਜਾਬ ਸਰਕਾਰ ਤਕਰੀਬਨ 4,000 ਕਰੋੜ ਰੁਪਏ ਤੋਂ ਲੈ ਕੇ ਪਿੰਡਾਂ ਲਈ ਸਕੀਮਾਂ ਲੈ ਕੇ ਆ ਰਹੀ, ਜਿਹਦੇ 'ਚ ਵਾਟਰ ਸਪਲਾਈ, ਸੀਵਰੇਜ, ਸਵੱਛ ਭਾਰਤ ਮਿਸ਼ਨ ਦੇ ਨਾਲ ਰਲ ਕੇ ਸਾਰੀਆਂ ਸਕੀਮਾਂ ਨੂੰ ਲਾਗੂ ਕਰਾਂਗੇ। ਟਾਈਮ ਚਾਹੀਦਾ, ਸਰਕਾਰ ਉਹਦੀ ਫੰਡਿੰਗ ਰੱਖੇਗੀ, ਸਰਕਾਰ ਦੇ ਟੀਚੇ ਦੇ ਨਾਲ ਪੂਰਾ ਕਰਾਂਗੇ। ਜੇ ਇੰਨੇ ਚਿਰ ਤੋਂ ਨਹੀਂ ਆਇਆ, ਸਾਨੂੰ ਥੋੜ੍ਹਾ ਟਾਈਮ ਦਿੱਤਾ ਜਾਵੇ, ਜ਼ਰੂਰ ਪੂਰੀਆਂ ਕਰਾਂਗੇ।